ਅਸੀਂ ਸਮਾਨ ਸਮੂਨ ਲੈਣੇ ਆਏ ਸੀ, ਲੀੜੇ ਲੁੜੇ 2 ਕਿਲੋ ਅਨਾਰ ਲਏ ਸੀ ਜੀ, ਅਤੇ ਉਹ ਲਿਫਾਫਾ ਮੈਂ ਇਹਦੇ ਉੱਤੇ ਰੱਖ ਕੇ ਅਤੇ ਭੁੱਲਿਆ ਗਿਆ, ਅਨਾਰ ਚੱਕ ਕੇ ਅਨਾਰ ਤਾਂ ਮੈਂ ਲੈ ਗਿਆ, ਲਿਫਾਫਾ ਇੱਥੇ ਹੀ ਲੈ ਗਿਆ। ਮੈਂ ਘੰਟੇ ਬਾਅਦ ਸੰਭਾਲਿਆ ਜੀ, ਮੈਂ ਤਾਂ 7-8 ਦੁਕਾਨਾਂ ਫਿਰਿਆ ਸੀਗਾ ਸਾਰਿਆਂ 'ਤੇ ਜਾ ਕੇ ਆ ਗਿਆ। ਇਹਦੇ ਫਿਰ ਉੱਥੇ ਸਬਜ਼ੀ ਵਾਲੀ ਰੇਹੜੀ ਲਾ ਰੱਖੀ, ਉਹਨੇ ਦੱਸਿਆ ਵੀ ਉਹ ਤਾਂ ਉੱਧਰ ਗਿਆ ਉਸ ਚੌਂਕ 'ਤੇ ਆਦਾ। ਚਲੋ ਠੀਕ ਹੈ, ਮੈਂ ਇੱਧਰ ਆਇਆ, ਬਾਈ ਨੂੰ ਪੁੱਛਿਆ, ਉਹ ਕਹਿੰਦਾ ਅਨਾਰ ਲੈ ਜਾ, ਮੈਂ ਕਿਹਾ ਨਹੀਂ ਨਾਰ ਵਾਲੀ ਰੇਹੜੀ ਪਾਲਦਾ ਬਾਈ, ਮੈਂ ਕਿਹਾ ਉਹਦੇ ਬੈਗ ਰਹਿ ਗਿਆ ਮੇਰਾ, ਅਤੇ ਮੈਨੂੰ ਪੂਰਾ ਕਨਫਰਮ ਨਹੀਂ ਸੀਗਾ ਵੀ ਇਹ ਤੇ ਉੱਤੇ ਹੀ ਰਹਿ ਗਿਆ ਮੇਰਾ, ਐ ਨਹੀਂ ਕੀ ਪਤਾ ਕਿੰਨੀ ਦੁਕਾਨਾਂ ਕੇ ਕਿਹਨੇ ਬੇਮਾਨੀ ਕਰੀ ਹੈ। ਫਿਰ ਇਹਨਾਂ ਨੇ ਦੱਸਿਆ, ਕਹਿੰਦਾ ਵੀ ਮੈਂ ਕਿਹਾ ਮੇਰਾ ਕੋਈ ਸਮਾਨ ਰਹਿ ਗਿਆ ਸੀ, ਕਹਿੰਦਾ ਕੀ ਸੀਗਾ, ਮੈਂ ਕਿਹਾ ਬੈਗ ਸੀਗਾ, ਉਹ ਕਹਿੰਦਾ ਆ ਜਾਓ ਬਹਿ ਜਾ ਘਬਰਾ ਨਾ, ਸਾਡੇ ਕੋਲ ਹੈ, ਅਸੀਂ ਤੈਨੂੰ ਦਵਾਵਾਂਗੇ, ਨਿਸ਼ਾਨੀ ਦੱਸਦੇ ਸਨ, ਸਾਰਾ ਬਿੱਲ ਬੁੱਲ ਦੇਤਾ ਸਾਰਾ ਕੁਛ ਇਹਨਾਂ ਨੇ, ਮੈਂ ਦੱਸਤਾ ਇਹਨਾਂ ਨੇ ਮੈਨੂੰ, ਜਿਹੜੇ ਮੇਰੀ ਪੇਮੈਂਟ ਸੀ ਸਭ ਮਿਲ ਗਈ ਮੈਨੂੰ, 28,000 ਰੁਪਇਆ ਮੇਰਾ ਪੂਰਾ ਮਿਲ ਗਿਆ ਸੀਗਾ, 50,000 ਸੀਗਾ ਬਾਕੀ ਮੇਰਾ, ਜਿਹੜਾ ਬਾਈ 23,000 ਦਾ ਸਮਾਨ ਲੈ ਲਿਆ, 28,000 ਰਹਿ ਗਿਆ ਸੀ, ਉਹ ਬਾਈ ਨੇ ਮੈਨੂੰ ਵਾਪਸ ਕਰਤਾ। ਬਾਈ ਮੈਂ ਤਾਂ ਬਹੁਤ ਬਹੁਤ ਧੰਨਵਾਦ ਕਰਦਾ ਜੀ, ਬਈ ਸੋਹਣਾ ਵੀ ਰੇਹੜੀ ਵਾਲੇ ਬਹੁਤ ਵਧੀਆ। ਹੁਣ ਵੀ ਮੇਰੇ ਕੋਲ ਅਨਾਰ ਲੈਣ ਆਇਆ ਸੀ ਜੀ, ਕਰੀਬਨ 1:30 ਵਜੇ ਤੋਂ ਬਾਅਦ, ਅਤੇ ਇਹ ਆਏ ਮੈਨੂੰ 500 ਦਾ ਨੋਟ ਦਿੱਤਾ ਇਹਨਾਂ ਨੇ, 500 ਦਾ ਨੋਟ ਦਿੱਤਾ, ਮੈਂ 400 ਉਹਨਾਂ ਨੂੰ ਵਾਪਸ ਦਿੱਤਾ, ਇਹ ਪਰਸ ਭੁੱਲ ਗਈ ਉੱਥੇ, ਅਤੇ ਮੈਂ ਡਰ ਗਿਆ, ਮੈਂ ਪਰਸ ਰੱਖ ਰਿਹਾ ਮੇਰੇ ਕੋਲ, ਮੈਂ 2-4 ਦੁਕਾਨਦਾਰਾਂ ਨੂੰ ਦੱਸਿਆ, ਮੈਂ ਕਿਹਾ ਬਹੁਤ ਜੀ ਕੋਈ ਬੰਦਾ ਮੇਰੇ ਕੋਲ ਪਰਸ ਭੁੱਲ ਗਿਆ, ਅਤੇ ਫਿਰ ਆ ਕੇ ਸਾਡੀ ਯੂਨੀਅਨ ਦਾ ਮੇਨ ਲੀਡਰ ਹੈ ਸੋਨੂ ਇੰਦੋਰਾ, ਅਤੇ ਮੈਂ ਉਹਨੂੰ ਦੱਸਿਆ, ਮੈਂ ਬਾਈ ਮੇਰੇ ਕੋਲ ਪੈਸੇ ਭੁੱਲ ਗਿਆ ਕੋਈ ਬੰਦਾ, ਕਹਿੰਦਾ ਘਬਰਾਣਾ, ਕੋਈ ਆਵੇਗਾ ਤਾਂ ਅਸੀਂ ਗੱਲ ਕਰ ਲਾਂਗੇ, ਉਹਨੂੰ ਪੈਸੇ ਬਾਅਦ 'ਚ ਭਾਵੇਂ ਮਿਲਣੇ, ਬਾਅਦ ਆਵੇ ਤਾਂ ਵੀ ਪੈਸੇ ਵਾਪਸ ਦੇ ਦਿਆਂਗਾ ਆਪਾਂ ਉਹਨਾਂ ਨੂੰ। ਮੈਨੂੰ ਬਹੁਤ ਖੁਸ਼ੀ ਹੋਈ ਜੀ, ਮਾਰ ਧਾਰਤਾ ਇਹ ਹੈ ਵੀ ਮੰਨ ਲਓ ਵੀ ਜਿਹਨਾਂ ਦਾ 10 ਉਂਗਲਾਂ ਨਾਲ ਨਹੀਂ ਭਰਦਾ, ਉਹਦਾ ਕਿਸੇ ਨਾਲ ਨਹੀਂ ਭਰ ਸਕਦਾ, ਭਾਵੇਂ ਠੱਗੀਆਂ ਕਰ ਲੈਣ, ਭਾਵੇਂ ਚੋਰੀਆਂ ਕਰ ਲੈਣ, ਭਰਨਾ 2-10 ਉਂਗਲਾਂ ਦੇ ਨਾਲ ਕਮਾਈ ਨੇਕ ਦੀ ਕਮਾਈ ਨਾਲ ਹੀ ਹੈ। ਅਸੀਂ ਸਮਾਨ ਸਮੂਨ ਲੈਣੇ ਆਏ ਸੀ ਲੀੜੇ ਲੁੜੇ, 2 ਕਿਲੋ ਅਨਾਰ ਲਏ ਸੀ ਜੀ, ਅਤੇ ਉਹ ਲਿਫਾਫਾ ਮੈਂ ਇਹਦੇ ਉੱਤੇ ਰੱਖ ਕੇ ਅਤੇ ਭੁੱਲਿਆ ਗਿਆ, ਅਨਾਰ ਚੱਕ ਕੇ ਅਨਾਰ ਤਾਂ ਮੈਂ ਲੈ ਗਿਆ, ਲਿਫਾਫਾ ਇੱਥੇ ਹੀ ਲੈ ਗਿਆ। ਮੈਂ ਘੰਟੇ ਬਾਅਦ ਸੰਭਾਲਿਆ ਜੀ, ਮੈਂ ਤਾਂ 7-8 ਦੁਕਾਨਾਂ ਫਿਰਿਆ ਸੀਗਾ ਸਾਰਿਆਂ 'ਤੇ ਜਾ ਕੇ ਆ ਗਿਆ। ਇਹਦੇ ਫਿਰ ਉੱਤੇ ਸਬਜ਼ੀ ਵਾਲੀ ਰੇਹੜੀ ਲਾ ਰੱਖੀ, ਉਹਨੇ ਦੱਸਿਆ ਵੀ ਉਹ ਤਾਂ ਉੱਧਰ ਗਿਆ ਉਸ ਚੌਂਕ 'ਤੇ ਆਦਾ। ਚਲੋ ਠੀਕ ਹੈ, ਮੈਂ ਇੱਧਰ ਆਇਆ, ਬਾਈ ਨੂੰ ਪੁੱਛਿਆ, ਉਹ ਕਹਿੰਦਾ ਅਨਾਰ ਲੈ ਜਾ, ਮੈਂ ਕਿਹਾ ਨਹੀਂ ਨਾਰ ਵਾਲੀ ਰੇਹੜੀ ਪਾਲਦਾ ਬਾਈ, ਮੈਂ ਕਿਹਾ ਉਹਦੇ ਬੈਗ ਰਹਿ ਗਿਆ ਮੇਰਾ, ਅਤੇ ਮੈਨੂੰ ਪੂਰਾ ਕਨਫਰਮ ਨਹੀਂ ਸੀਗਾ ਵੀ ਇਹ ਤੇ ਉੱਤੇ ਹੀ ਰਹਿ ਗਿਆ ਮੇਰਾ, ਐ ਨਹੀਂ ਕੀ ਪਤਾ ਕਿੰਨੀ ਦੁਕਾਨਾਂ ਕੇ ਕਿਹਨੇ ਬੇਮਾਨੀ ਕਰੀ ਹੈ। ਫਿਰ ਇਹਨਾਂ ਨੇ ਦੱਸਿਆ, ਕਹਿੰਦਾ ਵੀ ਮੈਂ ਕਿਹਾ ਮੇਰਾ ਕੋਈ ਸਮਾਨ ਰਹਿ ਗਿਆ ਸੀ, ਕਹਿੰਦਾ ਕੀ ਸੀਗਾ, ਮੈਂ ਕਿਹਾ ਬੈਗ ਸੀਗਾ, ਉਹ ਕਹਿੰਦਾ ਆ ਜਾਓ ਬਹਿ ਜਾ ਘਬਰਾ ਨਾ, ਸਾਡੇ ਕੋਲ ਹੈ, ਅਸੀਂ ਤੈਨੂੰ ਦਵਾਵਾਂਗੇ, ਨਿਸ਼ਾਨੀ ਦੱਸਦੇ ਸਨ, ਸਾਰਾ ਬਿੱਲ ਬੁੱਲ ਦੇਤਾ ਸਾਰਾ ਕੁਛ ਇਹਨਾਂ ਨੂੰ, ਮੈਂ ਦੱਸਤਾ ਇਹਨਾਂ ਨੇ ਮੈਨੂੰ, ਜਿਹੜੇ ਮੇਰੀ ਪੇਮੈਂਟ ਸੀ ਸਭ ਮਿਲ ਗਈ ਮੈਨੂੰ, 28,000 ਰੁਪਇਆ ਮੇਰਾ ਪੂਰਾ ਮਿਲ ਗਿਆ ਸੀਗਾ, 50,000 ਸੀਗਾ ਬਾਕੀ ਮੇਰਾ, ਜਿਹੜਾ ਬਾਈ 23,000 ਦਾ ਸਮਾਨ ਲੈ ਲਿਆ, 28,000 ਰਹਿ ਗਿਆ ਸੀ, ਉਹ ਬਾਈ ਨੇ ਮੈਨੂੰ ਵਾਪਸ ਕਰਤਾ। ਬਾਈ ਮੈਂ ਤਾਂ ਬਹੁਤ ਬਹੁਤ ਧੰਨਵਾਦ ਕਰਦਾ ਜੀ, ਬਈ ਸੋਹਣਾ ਵੀ ਰੇਹੜੀ ਵਾਲੇ ਬਹੁਤ ਵਧੀਆ। ਹੁਣ ਵੀ ਮੇਰੇ ਕੋਲ ਅਨਾਰ ਲੈਣ ਆਇਆ ਸੀ ਜੀ, ਕਰੀਬਨ 1:30 ਵਜੇ ਤੋਂ ਬਾਅਦ, ਅਤੇ ਇਹ ਆਏ ਮੈਨੂੰ 500 ਦਾ ਨੋਟ ਦਿੱਤਾ ਇਹਨਾਂ ਨੇ, 500 ਦਾ ਨੋਟ ਦਿੱਤਾ, ਮੈਂ 400 ਉਹਨਾਂ ਨੂੰ ਵਾਪਸ ਦਿੱਤਾ, ਇਹ ਪਰਸ ਭੁੱਲ ਗਈ ਉੱਥੇ, ਅਤੇ ਮੈਂ ਡਰ ਗਿਆ, ਮੈਂ ਪਰਸ ਰੱਖ ਰਿਹਾ ਮੇਰੇ ਕੋਲ, ਮੈਂ 2-4 ਦੁਕਾਨਦਾਰਾਂ ਨੂੰ ਦੱਸਿਆ, ਮੈਂ ਕਿਹਾ ਬਹੁਤ ਜੀ ਕੋਈ ਬੰਦਾ ਮੇਰੇ ਕੋਲ ਪਰਸ ਭੁੱਲ ਗਿਆ, ਅਤੇ ਫਿਰ ਆ ਕੇ ਸਾਡੀ ਯੂਨੀਅਨ ਦਾ ਮੇਨ ਲੀਡਰ ਹੈ ਸੋਨੂ ਇੰਦੋਰਾ, ਅਤੇ ਮੈਂ ਉਹਨੂੰ ਦੱਸਿਆ, ਮੈਂ ਬਾਈ ਮੇਰੇ ਕੋਲ ਪੈਸੇ ਭੁੱਲ ਗਿਆ ਕੋਈ ਬੰਦਾ, ਕਹਿੰਦਾ ਘਬਰਾ ਨਾ, ਕੋਈ ਆਵੇਗਾ ਤਾਂ ਅਸੀਂ ਗੱਲ ਕਰ ਲਾਂਗੇ, ਉਹਨੂੰ ਪੈਸੇ ਬਾਅਦ 'ਚ ਭਾਵੇਂ ਮਿਲਣੇ, ਬਾਅਦ ਆਵੇ ਤਾਂ ਵੀ ਪੈਸੇ ਵਾਪਸ ਦੇ ਦਿਆਂਗਾ ਆਪਾਂ ਉਹਨਾਂ ਨੂੰ। ਮੈਨੂੰ ਬਹੁਤ ਖੁਸ਼ੀ ਹੋਈ ਜੀ, ਮਾਰ ਧਾਰਤਾ ਇਹ ਹੈ ਵੀ ਮੰਨ ਲਓ ਵੀ ਜਿਹਨਾਂ ਦਾ 10 ਉਂਗਲਾਂ ਨਾਲ ਨਹੀਂ ਭਰਦਾ, ਉਹਦਾ ਕਿਸੇ ਨਾਲ ਨਹੀਂ ਭਰ ਸਕਦਾ, ਭਾਵੇਂ ਠੱਗੀਆਂ ਕਰ ਲੈਣ, ਭਾਵੇਂ ਚੋਰੀਆਂ ਕਰ ਲੈਣ, ਭਰਨਾ 2-10 ਉਂਗਲਾਂ ਦੇ ਨਾਲ ਕਮਾਈ ਨੇਕ ਦੀ ਕਮਾਈ ਨਾਲ ਹੀ ਹੈ।